ਇਹ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਘਾ ਨਿੱਘਾ ਸਵਾਗਤ ਹੈ ਜੀ। ਕੁਰਾਲੀ ਸ਼ਹਿਰ ਦੇ ਵਿੱਚ ਜਿਵੇਂ ਕਿ ਆਬਾਦੀ ਵੀ ਵੱਧ ਰਹੀ ਹੈ, ਸੋ ਲੋਕਾਂ ਨੂੰ ਦਿੱਕਤ ਵੀ ਕਈ ਵਾਰੀ ਆਉਂਦੀ ਹੈ ਪੈਸਾ ਜਮ੍ਹਾਂ ਕਰਾਉਣ ਦੀ। ਮਰਿੰਡਾ ਰੋਡ ਕੁਰਾਲੀ ਦੇ ਵਿੱਚ ਜੋ ਨਵਾਂ ਇੱਕ ਬੈਂਕ ਅੱਜ ਖੁੱਲ੍ਹਿਆ, ਜਿਸ ਦਾ ਉਦਘਾਟਨ ਕੀਤਾ ਗਿਆ ਹੈ ਸਰਦਾਰ ਰਣਜੀਤ ਸਿੰਘ ਜੀਤੀ ਜੀ, ਜੋ ਨਗਰ ਕੌਂਸਲ ਕੁਰਾਲੀ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ। ਬੈਂਕ ਦਾ ਨਾਮ ਹੈ ਬੈਂਕ ਆਫ ਮਹਾਰਾਸ਼ਟਰਾ। ਸੋ ਇਸ ਬੈਂਕ ਦੇ ਵਿੱਚ ਜਿਹੜੀਆਂ ਸ਼ਖਸੀਅਤਾਂ ਆਈਆਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਅਤੇ ਤੁਹਾਨੂੰ ਇਹ ਪੂਰੀ ਜਾਣਕਾਰੀ ਦਿਖਾਉਂਦੇ ਹਾਂ। ਅਤੇ ਆਓ ਫਿਰ ਇਹ ਜਾਣਕਾਰੀ ਦੇਖਣ ਲਈ ਬਣੇ ਰਹੋ ਸਾਡੇ ਇਹ ਧਮਾਨ ਚੈਨਲ ਦੇ ਨਾਲ। ਗਣਪਤੀ ਮਹਾਰਾਜ, ਗੁਰੂ ਗਣਪਤੀ ਮਹਾਰਾਜ, ਗੁਰੂ ਗਣਪਤੀ ਮਹਾਰਾਜ, ਗੁਰੂ ਗਣਪਤੀ ਮਹਾਰਾਜ। ਬੱਚਿਆਂ ਸਾਨੂੰ ਬਖਸ਼ ਦਮੀ, ਬੱਚਿਆਂ ਸਾਨੂੰ ਬਖਸ਼ ਦਮੀ, ਸਾਡੀ ਤੇਰੇ ਹੱਥ ਵਿੱਚ ਲਾਜ। ਗੁਰੂ ਗਣਪਤੀ ਮਹਾਰਾਜ, ਗਣਪਤੀ ਮਹਾਰਾਜ, ਗੁਰੂ ਗਣਪਤੀ ਮਹਾਰਾਜ, ਗੁਰੂ ਗਣਪਤੀ ਮਹਾਰਾਜ। ਗਣਪਤੀ ਮਹਾਰਾਜ, ਗੁਰੂ ਗਣਪਤੀ ਮਹਾਰਾਜ, ਗੁਰੂ ਗਣਪਤੀ ਮਹਾਰਾਜ, ਗੁਰੂ ਗਣਪਤੀ ਮਹਾਰਾਜ। ਲੱਡੂਆਂ ਦਾ ਤੈਨੂੰ ਭੋਗ ਲਵਾ ਕੇ ਭਗਤ ਆਗਿਆ ਤੇਰੀ ਲੈ ਕੇ ਕਰਦੇ, ਆਗਿਆ ਤੇਰੀ ਲੈ ਕੇ ਕਰਦੇ ਕੰਮ ਦਾ ਸਭ ਆਗਾਜ। ਗੁਰੂ ਗਣਪਤੀ ਮਹਾਰਾਜ, ਗੁਰੂ ਗਣਪਤੀ ਮਹਾਰਾਜ, ਗੁਰੂ ਗਣਪਤੀ ਮਹਾਰਾਜ, ਗੁਰੂ ਗਣਪਤੀ ਮਹਾਰਾਜ। ਕਹਾਉਂਦੇ ਨਾਮ ਧਿਆਉਂਦੇ ਪੂਜਾ ਕਰਦੇ ਤੇਰੀ, ਹਰ ਦਮ ਤੇਰੇ ਹੁਕਮ ਚ ਰਹਿੰਦੇ ਜਿਨ੍ਹਾਂ ਤੇ ਕਿਰਪਾ ਤੇਰੀ। ਸ਼ਿਵ ਸ਼ੰਕਰ ਮਾਂ ਪਾਰਵਤੀ ਨੂੰ, ਸ਼ਿਵ ਸ਼ੰਕਰ ਮਾਂ ਪਾਰਵਤੀ
ਮਹਾਰਾਜ, ਗੁਰੂ ਗਣਪਤੀ ਮਹਾਰਾਜ, ਗੁਰੂ ਗਣਪਤੀ ਮਹਾਰਾਜ, ਗੁਰੂ ਗਣਪਤੀ ਮਹਾਰਾਜ। ਪ੍ਰਧਾਨ ਜੀ ਸਰਦਾਰ ਰਣਜੀਤ ਸਿੰਘ ਜੀਤੀ ਜੀ, ਸੋ ਅੱਜ ਤੁਸੀਂ ਇਸ ਬੈਂਕ ਦੇ ਵਿੱਚ ਆਏ ਹੋ ਇੱਕ ਚੀਫ ਗੈਸਟ ਦੇ ਤੌਰ 'ਤੇ, ਸੋ ਤੁਸੀਂ ਇੱਥੇ ਰੀਬਨ ਵੀ ਕੱਟਿਆ ਅਤੇ ਜੋਤਾਂ ਵੀ ਜਗਾਈਆਂ ਨੇ। ਜਿਵੇਂ ਆਪਾਂ ਨੂੰ ਪਤਾ ਹੀ ਹੈ, ਸਾਡਾ ਸ਼ਹਿਰ ਹੁਣ ਕਾਫੀ ਜ਼ਿਆਦਾ ਤਰੱਕੀ ਕਰ ਰਿਹਾ ਕੁਰਾਲੀ, ਅਤੇ ਇੱਥੇ ਮਤਲਬ ਸਾਨੂੰ ਬੈਂਕਾਂ ਦੀ, ਹੋਰ ਜਿਹੜੇ ਮਹੱਤਵਪੂਰਨ ਅਦਾਰੇ ਹੁੰਦੇ ਉਹਦੀ ਲੋੜ ਹੈ। ਅਤੇ ਕੁਦਰਤੀ ਪਹਿਲਾਂ ਵੀ ਇੱਥੇ ਬਹੁਤ ਇੱਕ ਸਫਲ ਬੈਂਕ ਆਫ ਸਟੇਟ ਬੈਂਕ ਆਫ ਪਟਿਆਲਾ ਹੁੰਦਾ ਸੀ, ਉਸ ਜਗ੍ਹਾ ਇਹ ਬੈਂਕ ਆਫ ਮਹਾਰਾਸ਼ਟਰ ਖੁੱਲ੍ਹਿਆ, ਅਤੇ ਮੈਂ ਤਾਂ ਉਦਘਾਟਨ ਕੀਤਾ ਅਤੇ ਉਮੀਦ ਵੀ ਕਰਦਾ, ਕਾਮਨਾ ਵੀ ਕਰਦਾ ਅਕਾਲ ਪੁਰਖ ਕੇ, ਜਿਵੇਂ ਸਟੇਟ ਬੈਂਕ ਆਫ ਪਟਿਆਲਾ ਇੱਥੇ ਤਰੱਕੀ ਕਰਦਾ ਸੀ, ਸਾਡੇ ਸ਼ਹਿਰ ਨੂੰ ਸਹੂਲਤਾਂ ਆਉਂਦਾ ਸੀ, ਉਦੋਂ ਤੋਂ ਇਹ ਵੱਧ ਚੜ੍ਹ ਕੇ ਸਾਨੂੰ ਸਹੂਲਤਾਂ ਦੇਣ, ਅਤੇ ਇਹ ਬੈਂਕ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰੇ। ਧੰਨਵਾਦ। ਰਵਿੰਦਰ ਬਿੱਲਾ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਮੈਂ ਧਮਾਨ ਚੈਨਲ ਨੂੰ ਬਹੁਤ ਬਹੁਤ ਧੰਨਵਾਦ ਕਰਦਾ, ਜਿਹੜੇ ਇੱਥੇ ਆ ਕੇ ਜਣੀ ਇੱਕ ਬੈਂਕ ਦਾ ਹੌਂਸਲਾ ਵਧਾਉਣਾ, ਇਹਨਾਂ ਦੇ ਮੁਲਾਜ਼ਮਾਂ ਦਾ ਹੌਂਸਲਾ ਵਧਾਉਣਾ, ਅਤੇ ਇੱਕ ਮੈਂ ਬੈਂਕ ਨੂੰ ਵਧਾਈ ਦਿੰਦਾ, ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ। ਅਤੇ ਜਿਹੜੀ ਇਹ ਬ੍ਰਾਂਚ ਮਰਿੰਡਾ ਰੋਡ ਦੇ ਉੱਤੇ, ਅਤੇ ਆਲਰੇਡੀ ਇੱਥੇ ਪਹਿਲਾਂ ਸਟੇਟ ਬੈਂਕ ਪਟਿਆਲਾ ਹੁੰਦਾ ਸੀਗਾ, ਇੱਥੇ ਲੋਕਾਂ ਨੂੰ ਨਾ ਬੜੀ ਲੋੜ ਸੀਗੀ ਇਸ ਰੋਡ 'ਤੇ। ਇਸ ਰੋਡ 'ਤੇ ਮੇਰੇ ਹਿਸਾਬ 'ਚ ਤਾਂ ਕੋਈ ਬੈਂਕ ਹੈ ਹੀ ਨਹੀਂ ਸੀਗਾ, ਕੋਈ ਰੋਡ ਹੈ ਜਿਹੜੀ ਬਹੁਤ ਵਧੀਆ ਮੰਨੀ ਗਈ ਹੈ, ਬਾਜ਼ਾਰ ਇੱਕ ਕਿਸਮ ਦਾ, ਇੱਥੇ ਜ਼ਰੂਰਤ ਹੈ ਬੈਂਕ ਦੀ। ਅਤੇ ਬਾਕੀ ਇੱਕ ਮੈਂ ਗੱਲ ਹੋਰ ਕਹਿਣੀ ਚਾਹੁੰਦਾ, ਕਿਉਂਕਿ ਇੱਥੇ ਹੁਣ ਤੋਂ 6 ਮਹੀਨੇ ਪਹਿਲਾਂ, ਅਤੇ ਜਿਹੜੀ ਮੇਰੇ ਕੰਮ ਦੇ ਨਾਲ ਜੁੜਿਆ ਹੋਇਆ ਇਹ ਵਧੀਆ ਵਧੀਆ ਇੱਥੇ ਕਲੋਨੀਆਂ ਆ ਗਈਆਂ, ਚੰਗੇ ਚੰਗੇ ਬਿਲਡਰ ਆ ਗਏ, ਇੱਥੇ ਆਬਾਦ ਹੋ ਰਿਹਾ, ਇੰਡਸਟਰੀਅਲ ਵੀ ਖੁੱਲ੍ਹ ਰਹੀ ਹੈ, ਬਣ ਰਹੀ, ਪਹਿਲਾਂ ਵੀ ਹੈ। ਅਤੇ ਇਹ ਬੈਂਕ ਹੈ ਜਿਹੜੀ, ਮੇਰੀ ਮੈਨੂੰ ਉਮੀਦ ਹੈ ਇਹ ਬੈਂਕ ਕਾਮਯਾਬ ਹੋਊਗਾ, ਅਤੇ ਇਸ ਕਰਕੇ ਮੈਂ ਬੈਂਕ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ। ਧੰਨਵਾਦ ਜੀ। ਨਮਸਕਾਰ ਸਰ। ਨਮਸਕਾਰ। ਆਪਣਾ ਸ਼ੁਭ ਨਾਮ? ਐਸ ਕੇ ਤ੍ਰਿਵੇਦੀ। ਮੈਂ ਬੈਂਕ ਆਫ ਮਹਾਰਾਸ਼ਟਰ ਕਾ ਅੰਚਲ ਪ੍ਰਬੰਧਕ ਹੂੰ, ਪੂਰਾ ਪੰਜਾਬ, ਜੰਮੂ ਕਸ਼ਮੀਰ ਔਰ ਲੱਦਾਖ ਮੇਰੇ ਅੰਤਰਗਤ ਹੀ ਆਤਾ ਹੈ। ਆਜ ਹਮਨੇ ਯਹਾਂ ਪੇ ਕੁਰਾਲੀ ਮੇਂ ਆਪਣੀ 60ਵੀਂ ਸਾਖਾ ਖੋਲੀ ਹੈ। ਇਸਕੇ ਸਾਥ ਹੀ ਹਮਾਰੀ ਬੈਂਕ ਕੀ ਯਹਾਂ ਪਰ 2500 ਸਾਖਾਏ ਪੂਰੇ ਭਾਰਤ ਵਰਸ ਮੇਂ ਹੋ ਗਈ ਹੈ। ਬੈਂਕ 5 ਲੱਖ ਕਰੋੜ ਕਾ ਲਕਸ਼ ਪ੍ਰਾਪਤ ਕਰਨੇ ਜਾ ਰਹਾ ਹੈ ਇਸ ਸਿਤੰਬਰ ਤਿਮਾਹੀ ਮੇਂ। ਮੈਂ ਭਾਰਤ ਯਹਾਂ ਕੇ ਨਿਵਾਸੀਓਂ ਕੋ ਸੂਚਿਤ ਕਰਨਾ ਚਾਹਤਾ ਹੂੰ ਕਿ ਹਮਾਰੇ ਬੈਂਕ ਆਫ ਮਹਾਰਾਸ਼ਟਰ ਕੇ ਜੋ ਪ੍ਰੋਡਕਟ ਹੈ, ਜੈਸੇ ਹਾਊਸਿੰਗ ਲੋਨ, ਗ੍ਰਹਿ ਰਿਣ, ਬਿਜ਼ਨਸ ਲੋਨ ਔਰ ਐਜੂਕੇਸ਼ਨ ਲੋਨ, ਕਾਰ ਲੋਨ, ਇਹ ਕਾਫੀ ਸਸਤੀ ਦਰ ਪੇ ਉਪਲਬਧ ਹੈ। ਹਮਾਰੀ ਸਾਖਾ ਕੁਰਾਲੀ ਅਭੀ ਜਸਟ ਹੀ ਓਪਨ ਹੋਈ ਹੈ, ਤੋ ਹਮ ਆਪ ਲੋਗੋਂ ਸੇ ਬਿਨਤੀ ਕਰਤੇ ਹੈ ਕਿ ਹਮਾਰੀ ਸਾਖਾ ਸੇ ਜੁੜੇ ਔਰ ਹਮੇਂ ਆਪਕੀ ਸੇਵਾ ਕਰਨੇ ਕਾ ਅਵਸਰ ਪ੍ਰਦਾਨ ਕਰੇ। ਹਮਨੇ ਯਹਾਂ ਪੇ ਅਖਿਲ ਚੌਹਾਨ ਜੀ ਕੋ ਸਾਖਾ ਪ੍ਰਬੰਧਕ ਕੇ ਰੂਪ ਮੇਂ ਯਹਾਂ ਨਿਯੁਕਤ ਕੀਆ ਹੈ। ਇਹ ਬੜੀ ਹੀ ਮਤਲਬ ਆਪ ਕਾਬਿਲ ਵਿਅਕਤੀ ਹੈ ਔਰ ਆਪ ਲੋਗੋਂ ਕੀ ਸੇਵਾ ਕੇ ਲਈ ਉਪਸਥਿਤ ਹੈ। ਕਿਰਪਿਆ ਇਹਨੇ ਇੱਕ ਵਾਰ ਸੇਵਾ ਕਾ ਮੌਕਾ ਅਵਸ਼ਯ ਦੇ। ਧੰਨਵਾਦ। ਬਹੁਤ ਬਹੁਤ ਸ਼ੁਭਕਾਮਨਾਵਾਂ। ਧੰਨਵਾਦ ਸਰ ਅਖਿਲ ਜੀ। ਸੋ ਆਪਕੋ ਜੇ ਜ਼ਿੰਮੇਵਾਰੀ ਸੌਂਪੀ ਗਈ ਹੈ ਇਸ ਬੈਂਕ ਕੀ, ਸੋ ਕੈਸੇ ਕਰੇਂਗੇ ਆਪ ਕਾਮ? ਸਰ ਇਹ ਅਵਸਰ ਮੁਝੇ ਬੈਂਕ ਆਫ ਮਹਾਰਾਸ਼ਟਰ ਨੇ ਪ੍ਰਾਪਤ ਦਿਆ, ਬਹੁਤ ਹੀ ਜ਼ਿੰਮੇਦਾਰੀਪੂਰਨ ਅਵਸਰ ਹੈ ਇਹ, ਔਰ ਕੁਰਾਲੀ ਮੇਂ ਹਮਾਰੀ ਪਹਿਲੀ ਸ਼ਾਖਾ ਖੁੱਲ੍ਹੀ ਹੈ, ਇਹ ਬਹੁਤ ਹੀ ਖੁਸ਼ੀ ਕਾ ਅਵਸਰ ਹੈ ਹਮਾਰੇ ਲਈ, ਔਰ ਹਮਾਰੇ ਅਭੀ ਅਭੀ ਸਪੈਸ਼ਲ ਡਿਪੋਜ਼ਿਟ ਸਕੀਮ ਵੀ ਲਾਂਚ ਹੋਈ ਹੈ, ਜਿਸਕੇ ਰੇਟ ਬਹੁਤ ਹੀ ਅੱਛੇ ਹੈ। ਤੋ ਮੈਂ ਕੁਰਾਲੀ ਵਾਸੀਓਂ ਸੇ ਆਗ੍ਰਹਿ ਕਰਤਾ ਹੂੰ ਕਿ ਜਲਦ ਸੇ ਜਲਦ ਹਮਾਰੇ ਸਾਥ ਜੁੜੇ ਕੁਰਾਲੀ ਕੇ ਲੋਕ। ਥੈਂਕ ਯੂ ਸਰ। ਥੈਂਕ ਯੂ। ਧੰਨਵਾਦ ਜੀ।
ਚੌਧਰੀ ਸਾਹਿਬ, ਅੱਜ ਤੁਸੀਂ ਵੀ ਇਸ ਬੈਂਕ ਦਾ ਜੋ ਉਦਘਾਟਨ ਹੋਇਆ ਆਸ਼ੀਰਵਾਦ ਦੇਣ ਦੇ ਲਈ ਆਏ ਹੋ, ਕੀ ਕਹਿਣਾ? ਇਹ ਬਹੁਤ ਹੀ ਖੁਸ਼ੀ ਕੀ ਬਾਤ ਹੈ। ਪਹਿਲਾਂ ਤਾਂ ਮੈਂ ਦੀਵਾਨ ਚੈਨਲ ਕਾ ਸ਼ੁਕਰੀਆ ਅਦਾ ਕਰਤਾ ਹੂੰ ਕਿ ਕੁਰਾਲੀ ਮੇਂ ਵੋ ਕਾਫੀ ਐਕਟਿਵ ਹੈ ਔਰ ਹਰ ਜਗ੍ਹਾ ਮੌਜੂਦ ਰਹਿਤੇ ਹੈ ਯਹਾਂ ਕੇ ਵਾਸੀਓਂ ਕੇ ਲੀਏ ਔਰ ਹਮੇਸ਼ਾ ਆਵਾਜ਼ ਵੀ ਉਠਾਤੇ ਹੈ, ਇਹ ਬੜੀ ਅੱਛੀ ਗੱਲ ਹੈ। ਦੂਸਰੀ ਬਾਤ ਹੈ ਕਿ ਮਹਾਰਾਸ਼ਟਰ ਬੈਂਕ ਜੋ ਖੁੱਲ੍ਹ ਰਿਹਾ ਹੈ ਯਹਾਂ ਪੇ, ਇਹ ਬਹੁਤ ਹੀ ਅੱਛੇ ਵਕਤ ਮੇਂ ਖੁੱਲ੍ਹ ਰਿਹਾ ਹੈ ਔਰ ਮੇਨ ਰੋਡ ਪੇ ਹੈ। ਮੈਂ ਬਸ ਇਹੀ ਪ੍ਰਬੰਧਕ ਸੇ ਕੋਸ਼ਿਸ਼ ਗੁਜ਼ਾਰਿਸ਼ ਕਰੂੰਗਾ ਕਿ ਅਗਰ ਇਸ ਬੈਂਕ ਕੋ ਸਕਸੈਸ ਕਰਨਾ ਹੈ ਤੋ ਇੱਕ ATM ਫੋਕਲ ਪੁਆਇੰਟ ਮੇਂ ਜ਼ਰੂਰ ਖੋਲੇ। ਫੋਕਲ ਪੁਆਇੰਟ ਮੇਂ ATM ਬੂਥ ਕੀ ਬਹੁਤ ਜ਼ਰੂਰਤ ਹੈ। ਲੋਕ ਉਸ ਬੈਂਕ ਕੋ ਜ਼ਿਆਦਾ ਰੈਫਰ ਕਰਤੇ ਜਿਨਕਾ ATM ਉਨਕੇ ਕਰੀਬ ਹੋ। ਤੋ ਮੇਰਾ ਉਨਸੇ ਇੱਕ ਨਿਵੇਦਨ ਹੈ ਕਿ ਅਗਰ ਵੋ ਚਾਹੇਂਗੇ ATM ਖੋਲਣਾ ਤੋ ਜਗ੍ਹਾ ਕਾ ਵੀ ਪ੍ਰਬੰਧ ਮੈਂ ਕਰਵਾ ਦੂੰਗਾ। ਉਹ ਜਲਦ ਸੇ ਜਲਦ ATM ਬੂਥ ਵਾਂ ਖੋਲੇ ਤਾਂ ਕਿ ਵਰਕਰ ਕੋ ਵੀ ਸਹੂਲਤ ਹੋ ਔਰ ਇੰਡਸਟਰੀਸਟ ਕੋ ਵੀ ਸਹੂਲਤ ਹੋ ਔਰ ਸਾਰੇ ਲੋਕ ਜੋ ਆਸ ਪਾਸ ਕੇ ਉਨਕੋ ਵੀ ਸਹੂਲਤ ਹੋ। ਇਹ ਉਨਸੇ ਮੈਂ ਰਿਕੁਐਸਟ ਕਰ ਸਕਤਾ ਹੂੰ। ਅਬ ਮਰਜ਼ੀ ਉਨਕੀ ਵੋ ਜੋ ਚਾਹੇ ਕਰੇ। ਥੈਂਕ ਯੂ।